ਇਹ ਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 27/10/2023 ਨੂੰ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਅਣਪਛਾਤਾ ਨੌਜਵਾਨ ਜਿਸਨੇ ਇੱਕ ਕਾਰ ਨੂੰ ਟਾਰਗੇਟ ਕਰਕੇ ਹਵਾ ਵਿੱਚ ਗੋਲੀਆਂ ਚਲਾਈਆਂ ਹਨ। ਇਸ ਤੋਂ ਬਾਅਦ ਸਾਡੇ ਕੋਈ ਮਦਈ ਦਾ ਇਸ ਵਾਰਦਾਤ ਦਾ ਕੋਈ ਸਾਹਮਣੇ ਨਹੀਂ ਆਇਆ ਸੀ, ਬਟ ਸਾਡੀ ਪੁਲਿਸ ਵੱਲੋਂ ਇਸੇ ਇਨਫੋਰਮੇਸ਼ਨ 'ਤੇ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਸੀ ਅਨਨੋਨ ਦੇ ਖਿਲਾਫ਼। ਇਹ FIR ਨੰਬਰ 308/23 ਅੰਡਰ ਸੈਕਸ਼ਨ 336(25) ਆਰਮਸ ਐਕਟ, ਜਿਸ ਤੋਂ ਬਾਅਦ ਅਸੀਂ ਇਹ ਬਿਲਕੁਲ ਬਲਾਇੰਡ ਕੇਸ ਸੀਗਾ ਜੀ। ਸੋ ਉਦੋਂ ਤੱਕ ਸਾਨੂੰ ਕੋਈ ਕਲੀਅਰ ਨਹੀਂ ਸੀ ਕਿ ਇਹਦੇ ਵਿੱਚ ਦੋਸ਼ੀ ਕੌਣ ਹੋ ਸਕਦਾ ਵਾ, ਬਟ ਸਾਡੀ ਪੁਲਿਸ ਸਦਰ ਪੁਲਿਸ ਨੇ ਬੜੀ ਮਿਹਨਤ ਕਰਕੇ ਸਭ ਤੋਂ ਪਹਿਲਾਂ ਇਸ ਮੁਕੱਦਮੇ ਦੇ ਮੇਨ ਦੋਸ਼ੀ ਜਿਸ ਦਾ ਨਾਮ ਰਾਮ ਲਾਲ ਉਰਫ ਰਾਹੁਲ, ਪੁੱਤਰ ਦਰਸ਼ਨ ਲਾਲ, ਰਹਿਣ ਵਾਲਾ ਇੰਦਰਾ ਕਲੋਨੀ ਤਰਨ ਤਾਰਨ ਰੋਡ ਅੰਮ੍ਰਿਤਸਰ, ਇਸ ਦੋਸ਼ੀ ਨੂੰ ਪਹਿਲਾਂ ਤਾਂ ਟਰੇਸ ਕੀਤਾ ਵਾ, ਅਤੇ ਦੂਸਰਾ ਜਦੋਂ ਇਸ ਨੂੰ ਇਸ ਮੁਕੱਦਮੇ ਵਿੱਚ ਅਰੈਸਟ ਕਰਕੇ ਇਸ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਤਾਂ ਅਰੈਸਟ ਦੇ ਟਾਈਮ ਇਸ ਕੋਲੋਂ 1 32 ਬੋਰ ਦਾ ਨਜਾਇਜ਼ ਪਿਸਟੋਲ ਅਤੇ 4 ਜਿੰਦਾ ਰੌਮ ਇਸ ਕੋਲੋਂ ਬਰਾਮਦ ਹੋਏ ਨੇ। ਇਹ ਜਦੋਂ ਇਹਦੀ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਤਾਂ ਇਸਨੇ ਜੋ ਆਪਣਾ ਦੱਸਿਆ ਕਿ ਪੇਸ਼ੇਵਾਰ ਕਾਫ਼ੀ ਸਮੇਂ ਤੋਂ ਲੁੱਟਾਂ ਖੋਹਾਂ, ਲੜਾਈ ਝਗੜੇ, ਗੋਲੀਆਂ ਚਲਾਉਣਾ ਦੀਆਂ ਵਾਰਦਾਤਾਂ ਕਰ ਚੁੱਕਾ ਵਾ, ਜਿਸ ਵਿੱਚ ਇਸਨੇ ਮੰਨਿਆ ਕਿ ਜੋ ਤੁਹਾਨੂੰ ਪਤਾ ਹੀ ਹੋਊ ਪਿਛਲੇ ਦਿਨੀ ਕਟੜਾ ਕਰਮ ਸਿੰਘ ਵਿਖੇ ਇੱਕ ਮੈਡੀਕਲ ਦੀ ਦੁਕਾਨ ਲੁੱਟੀ ਸੀ 6 ਜਣੇ ਨੇ, ਜਿਸ ਵਿੱਚ 10 ਲੱਖ ਰੁਪਏ ਦੀ ਇਹਨਾਂ ਨੇ ਖੋਹ ਮਦਈ ਵੱਲੋਂ ਲਿਖਵਾਈ ਗਈ ਸੀ, ਜਿਸ ਵਿੱਚ 3 ਦੋਸ਼ੀ ਅਰੈਸਟ ਹੋ ਚੁੱਕੇ ਸੀ, ਚੌਥਾ ਇਹ ਦੋਸ਼ੀ ਉਸ ਵਾਰਦਾਤ ਵਿੱਚ ਮੌਜੂਦ ਸੀਗਾ। ਇਸ ਤੋਂ ਬਾਅਦ ਇਸਨੇ ਦੱਸਿਆ ਕਿ ਇਸਨੇ ਮਹਿਤਾ ਵਿਖੇ 22 ਲੱਖ ਰੁਪਏ ਦੀ ਖੋਹ ਕੀਤੀ ਹੋਈ ਹੈ, ਜਿਸ ਵਿੱਚ ਹਜੇ ਤੱਕ ਇਹ ਦੋਸ਼ੀ ਹਜੇ ਤੱਕ ਅਰੈਸਟ ਨਹੀਂ ਹੋਇਆ ਵਾ। ਤੀਸਰਾ PAP ਚੌਂਕ ਜਲੰਧਰ ਵਿਖੇ ਇਸਨੇ 400 ਗ੍ਰਾਮ ਸੋਨੇ ਦੀ ਖੋਹ ਕੀਤੀ ਹੋਈ ਹੈ, ਜਿਸ ਵਿੱਚ ਹਜੇ ਇਸ ਦੀ ਅਰੈਸਟ ਕਰਨੀ ਹੋ ਸਕਦਾ, ਜੇ ਮੁਕੱਦਮਾ ਉਹ ਟਰੇਸ ਵੀ ਨਾ ਹੋਇਆ, ਸਾਡੀ ਪੁਲਿਸ ਜਿਹੜੇ ਸੰਬੰਧਿਤ ਥਾਣੇ ਉਹਨਾਂ ਨਾਲ ਸੰਪਰਕ ਕਰ ਰਹੀ ਹੈ, ਕਨਫਰਮ ਕਰ ਰਹੇ ਕਿ ਉੱਥੇ ਜੋ ਮੁਕੱਦਮੇ ਰਜਿਸਟਰ ਹੋਏ ਨੇ ਉਸ ਵਿੱਚ ਇਹ ਟਰੇਸ ਹੋਏ ਜਾਂ ਨਹੀਂ ਹੋਏ। ਚੌਥਾ ਮੰਡੀ ਗੋਬਿੰਦਗੜ੍ਹ ਵਿਖੇ ਇਹਨਾਂ ਨੇ 10 ਲੱਖ ਰੁਪਏ ਦੀ ਖੋਹ ਕੀਤੀ ਹੈ। ਪੰਜਵਾਂ, ਇਸਨੇ ਕੁਛ ਦਿਨ ਪਹਿਲਾਂ ਰੇਲਵੇ ਸਟੇਸ਼ਨ ਦੇ ਨੇੜੋਂ ਵੀ ਪਰਸ ਅਤੇ ਮੋਬਾਈਲ ਦੀ ਖੋਹ ਕੀਤੀ ਸੀ, ਅਤੇ ਕਾਫ਼ੀ ਹੋਰ ਵੀ ਇਹਨਾਂ ਨੇ ਲੜਾਈ ਝਗੜੇ ਦੀਆਂ ਕਿਸੇ ਦੇ ਕਹਿਣ 'ਤੇ ਕਿ ਇਹ ਗੋਲੀ ਚਲਾ ਕੇ ਆਉਣੀ ਹੈ, ਇਹੋ ਜਿਹੀ ਕਾਫ਼ੀ ਵਾਰਦਾਤਾਂ ਵਿੱਚ ਇਹ ਦੋਨੋਂ ਦੂਸਰਾ ਜੋ ਦੋਸ਼ੀ ਉਸਦਾ ਨਾਮ ਹੈ ਬਲਦੇਵ ਸਿੰਘ ਉਰਫ ਗੋਰਾ, ਜੋ ਕਿ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਦਾ ਰਹਿਣ ਵਾਲਾ ਵਾ। ਸੋ ਇਹਨਾਂ ਦੋਨੋਂ ਦੋਸ਼ੀਆਂ ਦਾ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਕਈ ਲੁੱਟਾਂ ਖੋਹਾਂ ਦੇ NDPS ਦੇ ਕਰੀਬ 3-3 ਮੁਕੱਦਮੇ ਦਰਜ ਹੈ। ਬਾਕੀ ਅਸੀਂ ਇਹਨਾਂ ਦੇ ਰਿਹਾਇਸ਼ੀ ਥਾਣਿਆਂ ਤੋਂ ਹੋਰ ਵੀ ਡਿਟੇਲ ਦੇ ਵਿੱਚ ਇਹਨਾਂ ਦਾ ਬੈਕਗਰਾਊਂਡ ਚੈੱਕ ਕਰ ਰਹੇ ਹਾਂ, ਹੋਰ ਵੀ ਮੁਕੱਦਮੇ ਦਰਜ ਹੋ ਸਕਦੇ ਨੇ। ਇਸ ਤੋਂ ਪਹਿਲਾਂ ਜਿਹੜਾ ਇਹ ਰਾਮ ਲਾਲ ਉਰਫ ਰਾਹੁਲ ਹੈ, ਇਸ ਤੋਂ ਪਹਿਲਾਂ ਵੀ NDPS ਦੇ ਵਿੱਚ ਇਹਦੀ ਕਨਵਿਕਸ਼ਨ ਹੋਈ ਸੀ ਅਤੇ NDPS ਦੇ ਮੁਕੱਦਮੇ ਵਿੱਚ 10 ਸਾਲ ਸਜ਼ਾ ਕੱਟ ਕੇ ਆਇਆ ਸੀ, ਬਟ ਪਿਛਲੇ ਕੁਛ ਟਾਈਮ ਤੋਂ ਇਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ। ਇਸਨੇ ਇੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਸਾਡੀ ਸਦਰ ਪੁਲਿਸ ਨੇ ਬੜੀ ਮਿਹਨਤ ਨਾਲ, ਕਿਉਂਕਿ ਇਹੋ ਜਿਹੇ ਜੋ ਪੇਸ਼ੇਵਰ ਮੁਜਰਮ ਹੁੰਦੇ ਨੇ ਉਹ ਪੁਲਿਸ 'ਤੇ ਜਦੋਂ ਫੜਨ ਦੀ ਕੋਸ਼ਿਸ਼ ਕੀਤੀ, ਪੁਲਿਸ 'ਤੇ ਵੀ ਉਸਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਬਟ ਸਾਡੀ ਪੁਲਿਸ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਸ ਨੂੰ ਅਰੈਸਟ ਕੀਤਾ ਵਾ ਅਤੇ ਇਸ ਕੋਲੋਂ 5-6 ਦੇ ਕਰੀਬ ਬਹੁਤ ਵੱਡੀਆਂ ਵੱਡੀਆਂ ਵਾਰਦਾਤਾਂ ਜੋ ਇਸਨੇ ਕਬੂਲ ਕੀਤੀਆਂ ਨੇ। ਬਾਕੀ ਸਾਡੇ ਕੋਲ ਇਸਦਾ 3 ਦਿਨ ਦਾ ਰਿਮਾਂਡ ਆ, 3 ਦਿਨ ਦੇ ਰਿਮਾਂਡ ਵਿੱਚ ਹੋਰ ਵੀ ਇਸ ਤੋਂ ਕਾਫ਼ੀ ਰਿਕਵਰੀ ਹੋ ਸਕਦੀ ਆ ਅਤੇ ਹੋਰ ਵੀ ਵਾਰਦਾਤਾਂ ਹੋ ਸਕਦੀ ਇਸਨੇ ਕੀਤੀਆਂ ਹੋ ਸਕਦੀਆਂ। ਜੋ ਇਹਦੇ ਹੁਣ ਤੱਕ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਵਾ ਕਿ ਇਹ ਲੋਕਲੀ ਕਿਸੇ ਨਾਲ ਲੜਾਈ ਝਗੜੀ, ਕਿਸੇ ਦੋਸਤ ਨਾਲ ਚਲੇ ਗਏ, ਜਾਂ ਜਦੋਂ ਪੈਸੇ ਦੀ ਲੋੜ ਆ ਇਹ ਵੱਡੀਆਂ ਜੋ ਖੋਹਾਂ ਨੂੰ ਅੰਜਾਮ ਦਿੰਦਾ ਸੀਗਾ। ਸੋ ਹਜੇ ਤੱਕ ਇਹਦਾ ਕੋਈ ਇਹੋ ਜਿਹੇ ਗੈਂਗ ਨਾਲ ਸੰਬੰਧ ਤਾਂ ਸਾਹਮਣੇ ਨਹੀਂ ਆਇਆ, ਬਾਕੀ ਡਿਊਰਿੰਗ ਰਿਮਾਂਡ ਇਹ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾਊਗੀ ਅਤੇ ਹੋਰ ਵੀ ਕੋਈ ਚੀਜ਼ ਸਾਹਮਣੇ ਆ ਸਕਦੀ ਹੈ। ਬਾਕੀ ਇਸਨੇ ਇੱਕ ਹੋਰ ਨਾਮ ਦੱਸਿਆ ਲਿਮਕਾ ਨਾਮ ਦਾ ਜੋ ਦੋਸ਼ੀ ਹੋ ਸਕਦਾ ਉੱਧਰਲੇ ਕੇਸ ਦੇ ਵਿੱਚ ਹਜੇ ਤੱਕ ਇਹ ਨਾਮਜ਼ਦ ਹੋਇਆ ਜਾਂ ਨਹੀਂ ਹੋਇਆ, ਬਾਕੀ ਹੋਰ ਵੀ ਜਿਹੜੇ ਨਾਲ ਦੋਸ਼ੀ ਸਨ ਉਹਨਾਂ ਬਾਰੇ ਵੀ ਡਿਟੇਲ ਦੇ ਵਿੱਚ ਦੱਸ ਰਿਹਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੋਸ਼ੀਆਂ ਨੂੰ ਰੋਕ ਕੇ ਉਹਨਾਂ ਨੂੰ ਵੀ ਅਰੈਸਟ ਕਰ ਸਕਦੇ। ਇਹਦੀ ਬੈਕਗਰਾਊਂਡ ਜੀ, ਇਹ 27 ਸਾਲ ਦਾ ਜਿਹੜਾ ਜੋ ਰਾਹੁਲ ਆ ਉਹ 27 ਸਾਲ ਦੀ ਉਮਰ ਆ ਅਤੇ ਜਿਹੜਾ ਬਲਦੇਵ ਸਿੰਘ 28 ਸਾਲ ਦੀ ਉਮਰ ਆ। ਇਹ ਦੋਨੋਂ ਸ਼ਹਿਰਾਂ ਦੇ ਵਿੱਚ ਜਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ। ਹਾਂਜੀ, ਇਹ ਦੋਨੋਂ ਮਤਲਬ ਹਜੇ ਕੋਈ ਕੰਮ ਧੰਦੇ ਦੇ ਵਿੱਚ ਨਹੀਂ ਹਨ ਅਤੇ ਬਾਕੀ ਨਸ਼ਾ ਕਰਨ ਦੇ ਆਦੀ ਹਨ, ਜਿਵੇਂ ਕਿ ਮੈਂ ਦੱਸਿਆ ਕਿ ਇਹਨਾਂ ਦੇ NDPS ਦੇ ਵੀ ਪਹਿਲਾਂ ਕੁਝ ਮੁਕੱਦਮੇ ਦਰਜ ਹਨ ਅਤੇ ਹੋਰ ਲੁੱਟਾਂ ਖੋਹਾਂ ਦੇ ਵੀ ਕਾਫ਼ੀ ਮੁਕੱਦਮੇ ਦਰਜ ਹਨ। ਵਜ੍ਹਾ ਕੀ ਹੈ ਜੀ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਇਹ ਕਰਦਾ ਸੀ, ਇਹ ਕਿਸੇ ਦੇ ਕਹਿਣ 'ਤੇ ਵੀ ਕੰਮ ਕਰਦਾ ਸੀ ਜਾਂ ਇੰਡੀਪੈਂਡੈਂਟ ਆਪਣਾ ਹੀ ਕਰਦਾ ਸੀ? ਬਿਲਕੁਲ ਜੀ, ਅਗਰ ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਵੀ ਇਹੋ ਜਿਹੇ ਕਰਦੇ ਹੋ ਤਾਂ ਹੋ ਸਕਦਾ ਕਿ ਇਹਦੇ ਲਿੰਕਸ ਹੋਰ ਉਹਨਾਂ ਸ਼ਹਿਰਾਂ ਦੇ ਵਿੱਚ ਉੱਥੋਂ ਦੇ ਲੋਕਲ ਕ੍ਰਿਮੀਨਲਸ ਦੇ ਨਾਲ ਵੀ ਹੋਣ। ਉਹਦੇ ਬਾਰੇ ਅਸੀਂ ਡਿਟੇਲ ਜਦੋਂ ਅਗਲੇਰੀ ਪੁੱਛਗਿੱਛ ਕਰਾਂਗੇ। ਅਗਰ ਹੋਰ ਬੰਦਿਆਂ ਦਾ ਨਾਲ ਰੋਲ ਆਉਂਦਾ ਵਾ ਇਹਦੀ
ਇਹਦੇ ਲਿੰਕ ਦੇ ਵਿੱਚ ਹੋਰ ਵੀ ਕ੍ਰਿਮੀਨਲਸ ਇਸ ਤਰੀਕੇ ਦੇ ਹੁੰਦੇ ਆ, ਉਹਨਾਂ ਨੂੰ ਵੀ ਇਹਨਾਂ ਕੇਸਾਂ ਦੇ ਵਿੱਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਊਗਾ। ਪਿਸਟਲ ਬਰਾਮਦ ਹੋਈ ਹੈ, ਪਿਸਟਲ ਉੱਥੇ ਜਿੱਥੇ ਮੈਡੀਕਲ ਸਟੋਰ ਦੇ ਲੁੱਟ ਹੋਈ ਆ ਉੱਥੇ ਇਹ ਪਿਸਟਲ ਇਸਤੇਮਾਲ ਕੀਤੀ ਗਈ ਹੈ। ਇਸਤੇਮਾਲ ਤਾਂ ਨਹੀਂ ਹੋਈ ਕਿਉਂਕਿ ਉੱਥੇ ਕਿਸੇ ਤਰੀਕੇ ਦਾ ਕੋਈ ਸਟਰਗਲ ਨਹੀਂ ਹੋਇਆ, ਬਟ ਇਹ ਹੈ ਕਿ ਇਹ ਹਮੇਸ਼ਾ ਜਦੋਂ ਵੀ ਕੋਈ ਵਾਰਦਾਤ ਕਰਦਾ ਸੀ ਤਾਂ ਇਸ ਵੈਪਨ ਦੇ ਸਹਾਰੇ ਹੀ ਕਰਦਾ ਸੀ। ਸੋ ਨਮੂਨਾ ਕਿ ਜਿੱਥੇ ਜਿੱਥੇ ਇਹਨੇ ਵਾਰਦਾਤ ਕੀਤੀ ਆ ਉੱਥੇ ਇਸ ਚੀਜ਼ ਦਾ ਵਰਤੋਂ ਕੀਤੀ ਆ। ਜਿਹੜਾ ਸਾਡਾ ਮੇਨ ਕੇਸ ਆ ਜਿਸ ਦੇ ਵਿੱਚ ਇਹਨੇ ਕਾਰ 'ਤੇ ਗੋਲੀਆਂ ਚਲਾਈਆਂ ਸਨ, ਸੋ ਉਹ ਹੁਣ ਖੋਸਾ ਦਾ ਕਾਰ ਖੋਹਣ ਦੀ ਨੀਤ ਨਾਲ ਜਾਂ ਕੀ ਨੀਤ ਨਾਲ ਇਸ ਦੇ ਬਾਰੇ ਵੀ ਡਿਟੇਲ 'ਚ ਕੋਸ਼ਿਸ਼ ਕਰ ਰਹੇ ਹਾਂ।